ਬੰਦੇ ਖਾਣੀ ਜਾਨੀ ਬੰਦੂਕ ਦੀ ਖਾਸियत ਹੈ ਕਿ ਉਹ ਦੂਰੋਂ ਵਾਰ ਕਰਦੀ ਹੈ ਜਿਸ ਕਰਕੇ ਕਦੇ ਵੀ ਉਸ ਦੀ ਜੀਬ ਤੇ ਉਸ ਦੀ ਜ਼ਬਾਨ ਤੇ ਲਹੂ ਨਹੀਂ ਲੱਗਿਆ ਤੇ ਲਹੂ ਨੂੰ ਆਪਣੀ ਜ਼ਬਾਨ ਨਾਲ ਚਾਹਣ ਦੀ ਤੜਪ ਉਸ ਦੇ ਅੰਦਰ ਕਿੰਨੇ ਚਿਰਾਂ ਤੋਂ ਸਹਿਕ ਰਹੀ ਹੈ ਉਹ ਵੀ ਇੱਕ ਖਾਸ ਤਰ੍ਹਾਂ ਦੇ ਮਾਹੌਲ ਵਿੱਚ ਜਿੱਥੇ ਉਸ ਦੇ ਕੰਨਾਂ ਵਿੱਚ ਕਜੀਏ ਕਲੇਸ਼ ਮੈਂ ਤਾਂਤਰਲੇ ਪਿੱਟ ਸਿਆਪੇ ਤੇ ਮੌਤ ਦੀਆਂ ਕਲਕਾਰੀਆਂ ਪੈਂਦੀਆਂ ਨੇ ਇਸ ਦੇ ਇਲਾਵਾ ਬੰਦੂਕ ਨੂੰ ਇਸ ਗੱਲ ਦਾ ਮਲਾਲ ਵੀ ਹੈ ਕਿ ਉਸਨੇ ਕਦੇ ਕੋਈ ਉਸਾਰੂ ਕੰਮ ਨਹੀਂ ਕੀਤਾ ਕੋਈ ਕੰਸਟਰਕਟਿਵ ਕੰਮ ਨਹੀਂ ਕੀਤਾ ਬਲਕਿ ਉਜਾੜਿਆ ਹੀ ਸੋਇਨਾ ਖਿਆਲ ਦੀ ਬੁਨਿਆਦ ਤੇ ਪੇਸ਼ ਹੈ ਨਜ਼ਮ ਬੰਦੇ ਖਾਨੀ ਤਰਲੇ ਚੀਕਾਂ ਤੇ ਕਜਿਏ ਕਲੇਸ਼ ਕੰਨੀ ਪਿੱਟ ਸਿਆਪੇ ਨੇ ਮੌਤ ਕਿਲਕਾਰੀਆਂ ਦੇ ਤਰਲੇ ਚੀਕਾਂ ਕਜਿਏ ਕਲੇਸ਼ ਪਿੱਟ ਸਿਆਪੇ ਤੇ ਮੌਤ ਦੀਆਂ ਕਿਲਕਾਰੀਆਂ ਉਸ ਦੇ ਕੰਨੀ ਪੈਂਦੀਆਂ ਤਰਲੇ ਚੀਕਾਂ ਤੇ ਕਜਿਏ ਕਲੇਸ਼ ਕੰਨੀ ਪਿੱਟ ਸਿਆਪੇ ਨੇ ਮੌਤ ਕਿਲਕਾਰੀਆਂ ਦੇ ਕੁਖ ਸਖਣੀ ਸਖਣੀ ਮੰਗਵੀ ਐ ਇਸਰਾਪ ਨੇ ਕੇਸ ਖਲਾਰੀਆਂ ਦੇ ਕੇਸ ਖਲਾਰੀਆਂ ਜਿਨ੍ਹਾਂ ਦੇ ਘਰ ਉਜਾੜੇ ਆ ਤਰਲੇ ਚੀਕਾਂ ਤੇ ਕਜੀਏ ਕਲੇਸ਼ ਕੰਨੀ ਪਿੱਟ ਸਿਆਪੇ ਨੇ ਮੌਤ ਕਿਲਕਾਰੀਆਂ ਦੇ ਕੁਖ ਸਖਣੀ ਸਖਣੀ ਮੰਗਵੀ ਐ ਇਸਰਾਪ ਨੇ ਕੇਸ ਖਲਾਰੀਆਂ ਦੇ ਮੌਤ ਜਮਾ ਨਾ ਹਮਲ ਟਕਾ ਹੋਵੇ ਹਮਲ ਬੀਜ ਕੋਕਚੇ ਠਹਿਰ ਨਹੀਂ ਰਿਆ ਮੌਤ ਜੰਮਾ ਨਾ ਹਮਲ ਟਕਾ ਹੋਵੇ ਰਤ ਰਸਦਾ ਤੇ ਹੈ ਕਿਉਂ ਵਗਦਾ ਨਹੀਂ ਮੌਤ ਜੰਮਾ ਨਾ ਹਮਲ ਟਕਾ ਹੋਵੇ ਰਤ ਰਸਦਾ ਤੇ ਹੈ ਕਿਉਂ ਵਗਦਾ ਨਹੀਂ ਬੰਦੇ ਖਾਣੀ ਨੇ ਬੰਦੇ ਖਾ ਵੈਣ ਪਾਏ ਅਜੀਬ ਤੇ ਲਹੂ ਕਿਉਂ ਲੱਗਦਾ ਨਹੀਂ ਬੰਦੇ ਖਾਣੀ ਨੇ ਬੰਦੇ ਖਾ ਵੈਣ ਪਾਏ ਅਜੀਬ ਤੇ ਲਹੂ ਕਿਉਂ ਲੱਗਦਾ ਨਹੀਂ ਹਿਜਰ ਰੌਂਦ ਦਾ ਸੱਥਰ ਵਛਾ ਦਿੰਦਾ ਹਿਜਰ ਵਿਛੋੜਾ ਰੌਂਦ ਦਾ ਵਿਛੋੜਾ ਸੱਥਰ ਵਛਾ ਦਿੰਦਾ ਹਿਜਰ ਰੌਂਦ ਦਾ ਸੱਥਰ ਵਛਾ ਦਿੰਦਾ ਸੈਣੇ ਸੌਖੇ ਨਾ ਗੇੜ ਮਹਾਵਾਰੀਆਂ ਤੇ ਮਹਾਵਾਰੀ ਮੈਸ ਟੂਲ ਸਾਈਕਲ ਹਿਜਰ ਰੌਂਦ ਦਾ ਸੱਥਰ ਵਛਾ ਦਿੰਦਾ ਸੈਣੇ ਸੌਖੇ ਨਾ ਗੇੜ ਮਹਾਵਾਰੀਆਂ ਦੇ ਹਿਜਰ ਰੌਂਦ ਦਾ ਸੱਥਰ ਵਛਾ ਦਿੰਦਾ ਸਣੇ ਸੋਖੇ ਨਾ ਗੇੜ ਮਹਾਵਾਰੀਆਂ ਦੇ ਇੱਕ ਜ਼ਹਿਨ ਚ ਖਲਲ ਕਲੇਸ਼ ਰਹਿੰਦਾ ਇੱਕ ਜ਼ਹਿਨ ਚ ਖਲਲ ਕਲੇਸ਼ ਰਹਿੰਦਾ ਮੈਂ ਉਜਾੜੇ ਨੇ ਕਰ ਉਸਾਰੀਆਂ ਦੇ ਇੱਕ ਜ਼ਹਿਨ ਚ ਖਲਲ ਕਲੇਸ਼ ਰਹਿੰਦਾ ਮੈਂ ਉਜਾੜੇ ਨੇ ਕਰ ਉਸਾਰੀਆਂ ਦੇ ਚਾ ਚਸਕਾ ਕਿ ਚਟਾਂ ਸਿੰਧੂਰ ਰੰਗਾ ਚਾ ਚਸਕਾ ਕਿ ਚਟਾਂ ਸਿੰਧੂਰ ਰੰਗਾ ਸਾਨੀ ਕੋਈ ਵੀ ਲਹੂ ਦੀ ਝੱਗ ਦਾ ਨਹੀਂ ਜਾ ਚਸਕਾ ਕੀ ਚੱਟਾਂ ਸਿੰਧੂਰ ਰੰਗਾ ਸਾਨੀ ਕੋਈ ਵੀ ਲਹੂ ਦੀ ਛੱਗਦਾ ਨਹੀਂ ਬੰਦੇ ਖਾਣੀ ਨੇ ਬੰਦੇ ਖਾ ਵੈਣ ਪਾਏ ਅਜੀਬ ਤੇ ਲਹੂ ਕਿਉਂ ਲੱਗਦਾ ਨਹੀਂ ਬੰਦੇ ਖਾਣੀ ਨੇ ਬੰਦੇ ਖਾ ਵੈਣ ਪਾਏ ਅਜੀਬ ਤੇ ਲਹੂ ਕਿਉਂ ਲੱਗਦਾ ਨਹੀਂ ਸ਼ੁਕਰੀਆ